ਸਤਿ ਸ਼੍ਰੀ ਅਕਾਲ ਮੈਂ ਹਾਂ ਜੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੇਕਰ ਹੁਣ ਤੀਕਨ ਤੁਸੀਂ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਮੇਰੀ ਗੁਜਾਰਿਸ਼ ਹੈ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਇਹਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਵੀ ਅਸੀਂ ਨਵੀਂ ਵੀਡੀਓ ਬਣਾਈਏ ਜਿਸ ਟਾਈਮ ਅਸੀਂ ਉਹਨੂੰ ਅਪਲੋਡ ਕਰੀਏ ਉਸ ਸਿੱਧੀ ਤੁਹਾਡੇ ਤੱਕ ਉਸੇ ਸਮੇਂ ਸਕਿੰਟਾਂ ਵਿੱਚ ਪਹੁੰਚੇ ਤਾਂ ਜੇ ਤੁਸੀਂ ਨਵੀਆਂ-ਨਵੀਆਂ ਜੋ ਡਵੈਲਪਮੈਂਟ ਉਹਨਾਂ ਬਾਰੇ ਤੁਹਾਡੀ ਜਾਣ ਪਛਾਣ ਹੋਵੇ ਵਕਫੀਅਤ ਹੋਵੇ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਵਾ ਰਹੇ ਹਾਂ ਕਿ ਹਰਪ੍ਰੀਤ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਤੇ ਮੁਖੀ ਵਾਰਿਸ ਪੰਜਾਬ ਦੇ ਵੱਡੇ ਭਰਾ ਹਨ ਉਹਨਾਂ ਦੀਆਂ ਮੁਸੀਬਤਾਂ ਘਟ ਨਹੀਂ ਰਹੀਆਂ ਸਗੋਂ ਵੱਧ ਰਹੀਆਂ ਚਾਹੇ ਵੱਖ-ਵੱਖ ਸਿੱਖ ਸੰਸਥਾਵਾਂ ਨੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਉਹਨਾਂ ਦੇ ਸਮਰਥਨ ਵਿੱਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੀ ਆ ਖੜੇ ਹੋਏ ਜਿਨ੍ਹਾਂ ਨੇ ਕਿ ਰਿਟਾਇਰਡ ਹਾਈ ਕੋਰਟ ਦੇ ਜੱਜ ਤੋਂ ਇਸ ਸਾਰੇ ਜੋ ਕੇਸ ਉਸ ਦੀ ਇਨਕੁਆਇਰੀ ਦੀ ਮੰਗ ਕੀਤੀ ਹੈ ਪਰ ਫੇਰ ਵੀ ਹਰਪ੍ਰੀਤ ਸਿੰਘ ਦੀਆਂ ਮੁਸੀਬਤਾਂ ਅੱਗੇ ਨਾਲ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਲਿਸ ਦਾ ਸਟੈਂਡ ਇਹ ਹੈ ਕਿ ਇਹ ਕੇਸ ਬਿਲਕੁਲ ਸੱਚਾ ਹੈ ਕਿਉਂਕਿ ਜਿਹੜੀ 10000 ਰੁਪਏ ਦੀ ਪੇਮੈਂਟ ਹੋਈ ਹੈ ਜਿਸ ਦੇ ਵਿਰੁੱਧ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਨੇ ਜੋ 4 ਤੋਂ 5 ਗ੍ਰਾਮ ਆਈਸ ਖਰੀਦੀ ਹੈ ਡਰਗ ਉਸ ਦਾ ਸਬੂਤ ਕਾਫੀ ਪੱਕਾ ਮੰਨਿਆ ਜਾ ਰਿਹਾ ਔਰ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਪੁਲਿਸ ਵੀ ਜੁਡੀਸ਼ੀਅਲ ਕਸਟਡੀ ਵਿੱਚੋਂ ਮੁੜ ਪੁਲਿਸ ਕਸਟਡੀ ਵਿੱਚ ਮੰਗ ਕਰ ਰਹੀ ਹੈ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਔਰ ਇੱਥੇ ਮੈਂ ਇਹ ਤੁਹਾਨੂੰ ਦੱਸਦਾ ਕਿ ਇਦੇ ਵਿੱਚ ਜੋ ਹਿਲੌਰ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਹਨ ਗੌਰਵ ਸ਼ਰਮ ਉਹਨਾਂ ਨੇ ਪੁਲਿਸ ਦੀ ਜੋ ਪਟੀਸ਼ਨ ਸੀ ਕਿ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਅਤੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਖਤਮ ਕੀਤਾ ਜਾਵੇ ਕਿਉਂਕਿ ਉਹ ਉਹਨਾਂ ਲਈ ਲੁੜੀਦੇ ਹਨ ਇਸ ਕੇਸ ਦੀਆਂ ਅਗਲੀ ਜਾਂਚ ਪੜਤਾਲ ਲਈ ਤੇ ਉਹਦੇ ਲਈ ਉਹਨਾਂ ਨੂੰ ਇਨਕਾਰ ਕਰ ਦਿੱਤਾ ਹੈ ਜੁਡੀਸ਼ੀਅਲ ਮਜਿਸਟ੍ਰੇਟ ਨੇ ਗੌਰਵ ਸ਼ਰਮਾ ਨੇ ਉਹਨਾਂ ਦੀ ਪਟੀਸ਼ਨ ਨੂੰ ਰਿਜੈਕਟ ਕਰ ਦਿੱਤਾ ਪਰ ਪੁਲਿਸ ਤੇ ਖੜੀ ਨਹੀਂ ਹੈ ਪੁਲਿਸ ਨੇ ਇਸ ਰਿਜੈਕਸ਼ਨ ਦੇ ਵਿਰੁੱਧ ਐਡੀਸ਼ਨਲ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਵਿੱਚ ਉਹਨਾਂ ਦੀ ਪੁਲਿਸ ਕਸਟਡੀ ਲਈ ਇੱਕ ਮੁਰ ਪਟੀਸ਼ਨ ਪਾ ਦਿੱਤੀ। ਐਡੀਸ਼ਨਲ ਸੈਸ਼ਨ ਜੱਜ ਨੇ ਪੁਲਿਸ ਦੀ ਪਟੀਸ਼ਨ ਜਿਹੜੀ ਹੈ ਉਹ 19 ਤਰੀਕ ਜੁਲਾਈ ਤੇ ਲਗਾ ਦਿੱਤੀ ਹੈ। ਯਾਨੀ ਕਿ ਉਹ ਸ਼ੁੱਕਰਵਾਰ ਨੂੰ ਮੁਰ ਕੇਸ ਐਡੀਸ਼ਨਲ ਸੈਸ਼ਨ ਜਜ ਦੀ ਕੋਰਟ ਵਿੱਚ ਆਰਗੂਮੈਂਟ ਹੋਏਗਾ ਕਿ ਕੀ ਲਵਪ੍ਰੀਤ ਸਿੰਘ ਹਰਪ੍ਰੀਤ ਸਿੰਘ ਨੂੰ ਮੁੜ ਪੁਲਿਸ ਦੇ ਹਵਾਲੇ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਹਰਪ੍ਰੀਤ ਸਿੰਘ ਦੇ ਜੋ ਵਕੀਲ ਹਨ ਅਮਰਿੰਦਰ ਸਿੰਘ ਉਹਨਾਂ ਨੇ ਗੌਰਵ ਦੀ ਕੋਰਟ ਵਿੱਚ ਤਾਂ ਇਸ ਦਾ ਬਹੁਤ ਸਖਤ ਵਿਰੋਧ ਕੀਤਾ ਉਹਨਾਂ ਨੇ ਬੜੀਆਂ ਦਲੀਲਾਂ ਦਿੱਤੀਆਂ ਤਾਂ ਗੌਰਵ ਸ਼ਰਮਾ ਨੇ ਉਹਨਾਂ ਦੀਆਂ ਦਲੀਲਾਂ ਮੰਨ ਲਈਆਂ ਤੇ ਪੁਲਿਸ ਨੂੰ ਇਸ ਗੱਲ ਤੇ ਬੜੀ ਨਿਰਾਸ਼ਾ ਹੋਈ ਹੁਣ ਸਵਾਲ ਇਹ ਹੈ ਕਿ ਪੁਲਿਸ ਮੂੜ ਕਿਉਂ ਕਸਟਡੀ ਮੰਗ ਰਹੀ ਹੈ ਹਰਪ੍ਰੀਤ ਸਿੰਘ ਦੀ ਅਤੇ ਲਵਪ੍ਰੀਤ ਸਿੰਘ ਦੀ ਇਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਇੱਕ ਚੌਥਾ ਜੋ ਦੋਸ਼ੀ ਫੜਿਆ ਇਸ ਕੇਸ ਵਿੱਚ ਉਹ ਹੈ ਲੁਧਿਆਣੇ ਦਾ ਮਨੀਸ਼ ਲੁਧਿਆਣੇ ਦੇ ਮਨੀਸ਼ ਨੂੰ ਏਸ ਲਈ ਫੜਿਆ ਕਿ ਜਿਹੜੀ ਇਹਨਾਂ ਨੇ ਪੇ ਟਾਈਮ ਤੇ ਪੇਮੈਂਟ ਕੀਤੀ ਹੈ ਉਹ ਮਨੀਸ਼ ਦੇ ਪੇ ਟਾਈਮ ਦੇ ਖਾਤੇ ਵਿੱਚ ਕੀਤੀ ਸੋ ਮਨੀਸ਼ ਦੀ ਅਰੈਸਟ ਤੋਂ ਬਾਅਦ ਪੁਲਿਸ ਲਈ ਹਰਪ੍ਰੀਤ ਸਿੰਘ ਦੀ ਅਤੇ ਲਵਪ੍ਰੀਤ ਸਿੰਘ ਦਾ ਉਹਨਾਂ ਨੂੰ ਪੁਲਿਸ ਕਸਟਡੀ ਚ ਲੈ ਕੇ ਜੋ ਅਗਲੇਰੀ ਇਨਵੈਸਟੀਗੇਸ਼ਨ ਕਰਨੀ ਹੈ ਜਾਂਚ ਪੜਤਾਲ ਕਰਨੀ ਹੈ ਉਸ ਲਈ ਇਹਨਾਂ ਨੂੰ ਮੁਨੀਸ਼ ਨਾਲ ਆਮੋ ਸਾਹਮਣੇ ਕਰਨਾ ਜਿਹਨੂੰ ਕਹਿੰਦੇ ਕਿ ਕਨਫਰਾਂਟ ਕਰਾਣਾ ਹੈ ਜਦੋਂ ਪੁਲਿਸ ਦੀ ਕਸਟਡੀ ਚ ਹੋਣਗੇ ਤਾਂ ਉਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁਲਿਸ ਆਪਣੇ ਸਵਾਲ ਕਰੇਗੀ ਪਹਿਲਾਂ ਵੱਖਰੇ ਵੱਖਰੇ ਕਰੇਗੀ ਸਵਾਲ ਜੋ ਵੀ ਹੋ ਜਵਾਬ ਦੇਣਗੇ ਉਹ ਰਿਕਾਰਡ ਕੀਤੇ ਜਾਣਗੇ ਉਹਨਾਂ ਦੀ ਵੀਡੀਓ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਨੂੰ ਆਮੋ ਸਾਹਮਣੇ ਕਰਕੇ ਫੇਰ ਸਵਾਲ ਕੀਤੇ ਜਾਣਗੇ ਤੇ ਉਹਦੀ ਵੀਡੀਓ ਬਣਾਈ ਜਾਏਗੀ ਮਨੀਸ਼ ਨੂੰ ਕਨਫਰੋంట్ ਕਰਾਇਆ ਜਾਏਗਾ ਪਹਿਲੇ ਹਰਪ੍ਰੀਤ ਸਿੰਘ ਨਾਲ ਅਤੇ ਉਸ ਤੋਂ ਬਾਅਦ ਵੱਖਰਾ ਕਾਨਫਰੰਟ ਕਰਾਇਆ ਜਾਏਗਾ ਲਵਬ੍ਰੀਤ ਸਿੰਘ ਨਾਲ ਅਤੇ ਫਿਰ ਤਿੰਨਾਂ ਨੂੰ ਇੱਕ ਜਗ੍ਹਾ ਬਿਠਾ ਕੇ ਆਹਮੋ ਸਾਹਮਣੇ ਕਾਨਫਰੰਟ ਕਰਾਇਆ ਜਾਏਗਾ ਔਰ ਉਹਦੇ ਵਿੱਚ ਝੂਠ ਸੱਚ ਦਾ ਜੋ ਕੋਈ ਭੇਦ ਲਕਾਉਣਾ ਚਾਹੁੰਦਾ ਹੋਵੇਗਾ ਉਸ ਨੂੰ ਨੰਗਾ ਕਰਨ ਲਈ ਆਹਮੋ ਸਾਹਮਣੇ ਬਿਠਾ ਕੇ ਗੱਲ ਕੀਤੀ ਜਾਏਗੀ ਪੁਲਿਸ ਦੀ ਇਹ ਮੰਗ ਇਸ ਲਈ ਵੀ ਹੈ ਕਿ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਹਰਪ੍ਰੀਤ ਸਿੰਘ ਦਾ ਡਰਗ ਕੇਸ ਨਾਲ ਕਿੰਨਾ ਕੁ ਡੂੰਗਾ ਸਬੰਧ ਹੈ ਔਰ ਉਹ ਮਨੀਸ਼ ਨਾਲ ਕਿੰਨੀ ਕੁ ਧੀਰ ਦਾ ਸਬੰਧਤ ਹੈ ਕਿਉਂਕਿ ਇਹ ਡਗ ਤਾਂ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਵੀ बिकਦੀਆਂ ਪਰ ਉਹ ਸਪੈਸ਼ਲੀ ਲੁਧਿਆਣਿਆਂ ਲੈ ਜਾਂਦੇ ਉਹਦੇ ਕੀ ਕਾਰਨ ਹਨ ਔਰ ਇਹ ਵੀ ਦੇਖਿਆ ਜਾਣਾ ਕਿ ਕੀ ਇਹ ਜੋ ਡਰਗ ਲਈ ਜਾ ਰਹੀ ਹੈ ਇਹ ਕਾਫੀ ਲੰਮੇ ਸਮੇਂ ਤੋਂ ਲਈ ਜਾ ਰਹੀ ਹੈ ਜਾਂ ਇਹ ਪਹਿਲੀ ਵਾਰ ਹੀ ਲਈ ਗਈ ਸੀ ਅਤੇ ਪਹਿਲੀ ਵਾਰ ਹੀ ਇਹ ਅਣਗਹਿਲੀ ਕਰਕੇ ਫੜੇ ਗਏ ਕਿਉਂਕਿ ਇਹਨਾਂ ਨੇ ਜੋ ਗੱਡੀ ਆਪਣੀ ਬਰੇਟਾ ਇੱਕ ਪਾਸੇ ਲਾਈ ਹੋਈ ਸੀ ਸੜਕ ਤੇ ਔਰ ਉੱਥੇ ਇਹ ਡਰਗ ਦਾ ਸੇਵਨ ਕਰਨ ਦੇ ਪ੍ਰਕਿਰਿਆ ਵਿੱਚ ਸਨ ਯਾਨੀ ਡਰਗ ਦੀ ਜਿਹੜੀ ਸੇਵਨ ਹੁੰਦਾ ਉਦੇ ਤਿੰਨ ਢੰਗ ਹਨ ਇੱਕ ਢੰਗ ਤੇ ਆ ਕਿ ਸਿੱਧਾ ਤੁਸੀਂ ਮੂੰਹ ਚੋਂ ਖਾ ਲੋ ਤੇ ਉਹਨੂੰ ਨਿਗਲੋ ਤੇ ਉਹ ਥੋੜੀ ਦੇਰ ਨੂੰ ਅੱਧੇ ਘੰਟੇ ਨੂੰ ਉਹ ਤੁਹਾਡੇ ਬਲੱਡ ਸਟ੍ਰੀਮ ਵਿੱਚੋਂ ਬ੍ਰੇਨ ਚ ਜਾਂਦੀ ਏ ਤਾਂ ਉਹਦਾ ਬੰਦੇ ਦੀ ਬਾਡੀ ਤੇ ਮਾਨਸਿਕਤਾ ਤੇ ਸਰੀਰ ਤੇ ਐਕਸ਼ਨ ਸ਼ੁਰੂ ਹੋ ਜਾਂਦਾ ਔਰ ਦੂਜਾ ਢੰਗ ਹੈ ਕਿ ਤੁਸੀਂ ਇਸ ਨੂੰ ਪਾਣੀ ਵਿੱਚ ਘੋਲ ਕੇ ਤੇ ਆਪਣੇ ਆਪ ਨੂੰ ਟੀਕਾ ਲਾ ਲਓ ਇੰਜੈਕਸ਼ਨ ਲਾ ਲਓ ਜਾਨੀ ਜਿਹੜੀ ਤੁਹਾਡੀ ਖੂਨ ਦੀ ਵੇਨ ਹੁੰਦੀ ਹੈ ਉਹਦੇ ਵਿੱਚ ਤੁਸੀਂ ਡਾਇਰੈਕਟ ਇਹਨੂੰ ਇੰਜੈਕਟ ਕਰਦੇ ਹੋ ਤਾਂ ਉਹਦਾ ਇਨਸਟੈਂਟ ਅਸਰ ਹੋ ਜਾਂਦਾ ਔਰ ਤੀਸਰਾ ਜੋ ਟੰਗ ਹੈ ਜੋ ਬਹੁਤ ਹੀ ਸੁਫੀਸਟਿਕੇਟਿਡ ਮੰਨਿਆ ਜਾਂਦਾ ਹੈ ਜਿਹੜੇ ਡਰੱਗ ਇਸ ਨੂੰ ਲੈਂਦੇ ਆਣ ਆ ਇਸ ਨੂੰ ਉਹ ਇਹ ਹੈ ਕਿ ਇਸ ਦਾ ਥੋੜਾ ਜਿਹਾ ਪਾਊਡਰ ਜਿਹਾ ਬਣਾ ਲਓ ਔਰ ਇਸ ਨੂੰ সিলਵਰ ਫਾਈਲ ਜਿਹੜੀ সিলਵਰ ਫਾਈਲ ਤੁਸੀਂ ਦੇਖੀ ਹੈ ਜਿਹਦੇ ਵਿੱਚ ਫੂਡ ਪੈਕ ਕਰਕੇ ਕੰਪਨੀਆਂ ਸਪਲਾਈ ਕਰਦੀਆਂ ਨੇ ਉਸ সিলਵਰ ਫਾਈਲ ਦੇ ਉੱਤੇ ਰੱਖ ਕੇ ਉਹਨੂੰ ਲਾਈਟਰ ਨਾਲ ਥੱਲੋਂ ਦੀ ਗਰਮ ਕੀਤਾ ਜਾਂਦਾ ਹੈ ਉਸ ਸੇਕ ਨਾਲ ਇਹ ਜੋ ਡਰੱਗ ਹੈ ਆਈਸ ਇਹ ਧੂੰਆਂ ਛੱਡਦੀ ਹੈ ਇੱਕ ਚਿੱਟੇ ਰੰਗ ਦਾ ਤੇ ਜੋ ਇੱਕ ਤੋਂ ਵੱਧ ਬੰਦੇ ਨੂੰ ਇਸ ਨੂੰ ਜਿਹੜੀ ਉਹਨੇ ਆਪਣੇ ਸਾਹ ਵਿੱਚ ਨੱਕ ਰਾਈ ਖਿੱਚਣੀ ਹੈ ਇੱਕ ਤੋਂ ਵੱਧ ਬੰਦੇ ਬੈਠੇ ਹੋਏ ਗਰੁੱਪ ਵਿੱਚ ਉਸ ਨੂੰ ਖਿੱਚ ਕੇ ਉਸ ਦਾ ਸੇਵਨ ਕਰਦੇ ਹਨ ਅਤੇ ਉਸ ਨਸ਼ੇ ਦਾ ਜੇ ਸਪਸ਼ਟ ਭਾਸ਼ਾ ਵਿੱਚ ਕਹੀਏ ਤਾਂ ਉਸ ਦਾ ਆਨੰਦ ਲੈਂਦੇ ਆ ਇਹ ਜੋ ਡਰੱਗ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਡਰੱਗ ਬੰਦੇ ਨੂੰ ਦੀ ਜਿਹੜੀ ਕਨਸੈਂਟ੍ਰੇਸ਼ਨ ਹੈ ਉਹ ਬਣਾਉਂਦੀ ਹੈ ਬੰਦੇ ਵਿੱਚ ਕਈ ਗੁਣਾ એનર્ਜੀ ਪੈਦਾ ਕਰ ਦਿੰਦੀ ਹੈ ਜਾਨੀ ਤੁਸੀਂ ਚਾਹੇ ਜਵਾਨ ਵੀ ਹੋ ਤਾਂ ਵੀ ਤੁਹਾਡੇ ਵਿੱਚ 200 ਗੁਣਾ 300 ਗੁਣਾ ਜ਼ਿਆਦਾ એનર્ਜੀ ਪੈਦਾ ਕਰ ਦਿੰਦੀ ਹੈ ਤੁਸੀਂ ਬੜੇ ਤਕੜੇ ਮਹਿਸੂਸ ਕਰਦੇ ਹੋ ਤੁਹਾਡੀ ਥਕਾਵਟ ਉਤਰ ਜਾਂਦੀ ਹੈ ਅਤੇ ਤੁਹਾਨੂੰ ਨੀਂਦ ਵੀ ਨਹੀਂ ਆਉਂਦੀ ਇਹ ਡਰਗ ਜਿਹੜੀ ਹੈ ਇਹ ਨੀਂਦ ਨਹੀਂ ਲਿਆਉਂਦੀ ਸਗੋਂ ਤੁਹਾਨੂੰ ਬੜਾ ਐਕਟਿਵ ਕਰ ਦਿੰਦੀ ਹੈ ਔਰ ਐਸੇ ਕਰਕੇ ਇਸ ਨੂੰ ਹਾਈ ਸਰਕਲ ਜਵਾਨ ਉਹਨਾਂ ਵਿੱਚ ਵਿਦਿਆਰਥੀਆਂ ਵਿੱਚ ਪੜ੍ਹੂ ਲੋਕਾਂ ਚ ਕਾਲਿਆਂ ਦੇ ਬੱਚਿਆਂ ਚ ਯੂਨੀਵਰਸਿਟੀ ਦੇ ਬੱਚਿਆਂ ਚ ਕੁੜੀਆਂ ਮੁੰਡਿਆਂ ਚ ਔਰ ਜਿਹੜੇ ਹੋਰ ਐਮਬੀਬੀਐਸ ਦੇ ਸਟੂਡੈਂਟ ਹਨ ਉਹ ਵੀ ਇਸ ਦਾ ਖੁੱਲੀ ਵਰਤੋਂ ਕਰਦੇ ਹਨ ਇਸ ਨੂੰ ਅਮਤਿਆਨਾ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਮੈਂ ਇਸ ਉੱਪਰ ਜਦੋਂ ਖੋਜ ਕਰ ਰਿਹਾ ਸੀ ਮੈਂ ਕਈ ਡਾਕਟਰਾਂ ਨੂੰ ਮਿਲਿਆ ਤੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਡਰੱਗ ਕੀ ਹੈ ਇਹ ਜੋ ਆਈਸ ਡਰੱਗ ਹੈ ਮੈਥਮਾ ਫੈਟਾਮਾਈਨ ਇੱਕ ਕੈਮੀਕਲ ਹੈ ਜਾਂ ਸਾਲਟ ਹੈ ਮੈਥਮਾ ਫੈਟਾਮਾਈਨ ਮੈਥਮਾ ਫੈਟਾਮਾਈਨ ਤੋਂ ਇਦੀ ਅਵੇਲੇਬਿਲਿਟੀ ਬਹੁਤ ਸੌਖੀ ਹੈ ਪਰ ਆਮ ਬੰਦਿਆਂ ਨੂੰ ਅਵੇਲੇ ਪਤਾ ਨਹੀਂ ਹੈ ਇਸ ਗੱਲ ਦਾ ਇਹ ਕੈਮਿਸਟ ਦੀਆਂ ਦੁਕਾਨਾਂ 'ਚੋ ਕਈ ਦਵਾਈਆਂ ਦੇ ਨਾਵਾਂ ਥੱਲੇ ਵੀ ਮਿਲਦੀ ਹੈ ਅਤੇ ਕਈ ਲੋਕ ਉਹ ਦਵਾਈਆਂ ਇਲੀਗਲ ਢੰਗ ਨਾਲ ਲੈ ਕੇ ਸਸਤੇ ਵਿੱਚ ਇਸ ਨੂੰ ਵਰਤਦੇ ਹਨ ਔਰ ਇਸ ਨੂੰ ਜੋ ਅਮਰੀਕਾ ਵਿੱਚ ਇਸ ਦਾ ਨਾਮ ਹੈ ਉਹ ਹੈ ਸਪੀਡ ਔਰ ਇਸ ਨੂੰ ਗੈਰੇਜ ਡਰੱਗ ਵੀ ਕਿਹਾ ਜਾਂਦਾ ਕਿਉਂਕਿ ਉੱਥੋਂ ਦੇ ਜਿਹੜੇ ਨੌਜਵਾਨ ਬੱਚੇ ਇਹ ਬੜੀ ਸੌਖੀ ਹੈ ਬਣਾਣੀ ਤਾਂ ਉਹ ਆਪਣੇ ਘਰਾਂ ਦੇ ਗੈਰੇਜ ਵਿੱਚ ਹੀ ਇਹ ਮੈਥਮ ਫੈਟਾ ਮਾਈਨ ਬਣਾ ਲੈਂਦੇ ਹਨ ਇਹਨੂੰ ਯੂਐਸਏ ਚ ਗੈਰੇਜ ਡਰੱਗ ਕਿਹਾ ਜਾਂਦਾ ਹੈ ਤਾਂ ਉੱਥੇ ਵੀ ਇਸ ਦੀ ਬੜੀ ਵਰਤੋਂ ਹੁੰਦੀ ਹੈ ਇਹਦਾ ਨਾਮ ਸਪੀਡ ਇਸ ਲਈ ਆ ਕਿ ਬੰਦੇ ਨੂੰ ਇੰਨਾ ਤਕੜਾ ਕਰ ਦਿੰਦੀ ਹੈ ਕਿ ਉਸ ਦੀ ਸਪੀਡ ਹਰ ਜਿਹੜੀ ਪੱਖ ਹੈ ਉਹਦੇ ਵਿੱਚ ਵਧਾ ਦਿੰਦੀ ਹੈ ਜੇ ਉਹ ਪੜਨਾ ਚਾਹੁੰਦਾ ਹੈ ਤੇ ਉਹ ਉਸ ਦੀ ਕਨਸੈਂਟਰੇਸ਼ਨ ਹੈ ਜਿੰਨੀ देर ਮਰਜ਼ੀ ਪੜ੍ਹੀ ਜਾਏ ਜਿੰਨੀ देर ਉਹ ਨਸ਼ੇ ਚ ਹੈ ਉਹ ਇਸ ਦੇ ਨਸ਼ੇ ਦੀਨ ਰਜ ਕੇ ਪੜ੍ਹ ਸਕਦਾ ਹੈ ਔਰ ਅਮਤਿਆਨਾ ਦੇ ਦਿਨਾਂ ਚ ਬਹੁਤ ਵਰਤੀ ਜਾਂਦੀ ਹੈ ਸੋ ਹੁਣ ਜਿਹੜਾ ਇਹ ਡਰਗ ਦਾ ਅਗਲੀ ਜੋ ਜਾਂਚ ਪੜਤਾਲ ਪੁਲਿਸ ਕਰਨਾ ਚਾਹੁੰਦੀ ਹੈ ਉਹ ਇਹ ਜਾਣਨਾ ਚਾਹੁੰਦੀ ਹੈ ਕਿ ਜੋ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਹਨ ਕੀ ਉਹ ਇਸ ਦੇ ਵਪਾਰ ਵਿੱਚ ਵੀ ਇਨਵੋਲਡ ਹਨ ਇਸ ਕਰਕੇ ਜੋ ਮਨੀਸ਼ ਨੂੰ ਉਹਨਾਂ ਨੇ 3 ਦਿਨ ਪਹਿਲੇ ਅਰੈਸਟ ਕੀਤਾ ਉਹ ਅੰਡਰਗਰਾਉਂਡ ਹੋ ਗਿਆ ਸੀ ਪਰ ਉਸ ਨੂੰ ਪੁਲਿਸ ਨੇ ਫੜ ਲਿਆ ਲੁਧਿਆਣੇ ਤੋਂ ਹੀ ਉਸ ਨੂੰ ਇਹ ਸਾਂਝੀ ਇਨਵੈਸਟੀਗੇਸ਼ਨ ਜਾਂਚ ਪੜਤਾਲ ਕਰਕੇ ਕਿਸੇ ਸਿੱਟੇ ਤੇ ਲਾਣਾ ਚਾਹੀਦਾ ਹੁਣ ਜਾਇ ਸਿੱਖ ਸੰਸਥਾਵਾਂ ਦੀ ਮੰਗ ਹੈ ਕਿ ਇਹ ਚੂ ਕੇ ਇਸ ਝੂਠਾ ਇਹ ਅਮਰਿਤਪਾਲ ਸਿੰਘ ਉਰਾਂ ਨੂੰ ਬਦਨਾਮ ਕਰਨ ਲਈ ਇੱਕ ਸਾਜ਼ਿਸ਼ ਰਜੀ ਗਈ ਹੈ ਬਲਾਬਲਾ ਪਰ ਪੁਲਿਸ ਦੇ ਕੰਨਾਂ ਤੇ ਜੂ ਨਹੀਂ ਸਰਕੀ ਇਸ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਕਿ ਪੁਲਿਸ ਆਪਣੇ ਸਟੈਂਡ ਉੱਪਰ ਬਿਲਕੁਲ ਪੱਕਿਆ ਹੈ ਕਿ ਉਹਨਾਂ ਨੇ ਕੁਝ ਪਲਾਂਟ ਨਹੀਂ ਕੀਤਾ ਇਹ ਸਾਰਾ ਕੁਝ ਜਿਹੜਾ ਉਹਨਾਂ ਦੀ ਗੱਡੀ ਵਿੱਚੋਂ ਮਿਲਿਆ ਲਾਈਟਰ ਮਿਲਿਆ ਹੰਦੋ ਤੋਂ ਤਾਂ ਆਈਸ ਡਰੱਗ ਮਿਲੀ ਹੈ 4 ਤੋਂ 5 ਗ੍ਰਾਮ ਇੰਨੀ ਜਿਹੜੀ ਇਹਦੀ ਹੈਗੀ ਹੈ weight ਇਹ ਪਰਸਨਲ ਕੰਜ਼ਮਪਸ਼ਨ ਦੇ ਘੇਰੇ ਵਿੱਚ ਆਂਦਾ ਹੈ ਇਹ ਤਸ਼ਕਰੀ ਵਿੱਚ ਨਹੀਂ ਆਂਦਾ ਪਰ ਇਹ ਕਿੰਨੀ ਦੇਰ ਤੋਂ ਖਾ ਰਿਆਂ ਹਨ ਕਿੰਨੀ ਦੇਰ ਤੋਂ ਲੈ ਰਿਆਂ ਇਸ ਸਾਰੀ ਜਾਂਚ ਲਈ ਜਿਹੜੀ ਪੁਲਿਸ ਹੈ ਉਹ ਮੂੜ ਇਹਨਾਂ ਦੀ ਕਸਟਡੀ ਲੈਣਾ ਚਾਹੁੰਦੀ ਹੈ ਅਤੇ ਕੀ ਇਹਨਾਂ ਨੂੰ ਪੁਲਿਸ ਨੂੰ ਮੂੜ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਦੀ ਕਸਟਡੀ ਮਿਲਦੀ ਹੈ ਉਹਨਾਂ ਨੂੰ ਪੋਜੀਸ਼ਨ ਮਿਲਦਾ ਹੈ ਕਿ ਨਹੀਂ ਮਿਲਦਾ ਇਹ ਫੈਸਲਾ ਕੱਲ੍ਹ ਐਡੀਸ਼ਨਲ ਸੈਸ਼ਨ ਜੱਜ ਦੀ ਕਚੈਰੀ ਵਿੱਚ ਦੁਪਹਿਰ ਤੋਂ ਬਾਅਦ ਤੱਕ ਹੋ ਜਾਏਗਾ ਉਸ ਤੋਂ ਬਾਅਦ ਜੋ ਕੁਝ ਵਾਪਰੇਗਾ ਉਹ ਅਸੀਂ ਤੁਹਾਡੇ ਨਾਲ ਫਿਰ ਸਾਂਝਾ ਕਰਾਂਗੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਜੋ ਤੱਥ ਅਸੀਂ ਜਾਂਚ ਕਰਕੇ ਲੱਭ ਕੇ ਤੁਹਾਡੇ ਨਾਲ ਸਾਂਝਾ ਕੀਤੇ ਹਨ ਇਹਨਾਂ ਦੀ ਤੁਹਾਨੂੰ ਇਹ ਪਸੰਦ ਆਣਗੇ ਔਰ ਤੁਸੀਂ ਇਸ ਵੀਡੀਓ ਨੂੰ ਆਪਣੇ ਮਿੱਤਰਾਂ ਤੇ ਸਬੰਧੀਆਂ ਨਾਲ ਸਾਂਝਾ ਕਰੋਗੇ ਅਤੇ ਇੱਕ ਨਿਰਪੱਖ ਜੋ ਪੱਤਰਕਾਰ ਹੀ ਉਸ ਦੀ ਇੱਕ ਵੰਗੇ ਹੈ ਇੱਕ ਮਿਸਾਲ ਹੈ ਜਿਸ ਨੂੰ ਵੱਧ ਤੋਂ ਵੱਧ ਆਪਣੇ ਸਾਥੀਆਂ ਤੱਕ ਸ਼ੇਅਰ ਕਰੋ ਧੰਵਾਦ ਸਾਸਰੀਆਕਰ